हेलो फ्रेंड्स गिल्स मैंटोर ई लर्निंग प्लेटफॉर्म से स्वागत है अटवी नाइनथ अक्टूबर है तो आप रहनी अपने कैंटफेयर सैशन के नाल कैंटफेयर सैशन जो कि इंपोर्टेंट होएगा डिफरेंट डिफरेंट एग्जाम्स पंजाब पटवारी पी पी एस सी पी सी सी जी एल सच एस एल और बैंकिंग एग्जाम आप स्टार्ट करा सैशन सब तो पहले सैशन शेयर करना स्टार्ट कर दो जिथे भी शेयर कर सद वट्सएप टेलीग्राम फेसबुक जिथे भी तुम अपने फ्रेंड्स के नाल जुड़े हुए हो सैशन में शेयर करना स्टार्ट कर लो IBPS RRB JE ਪੰਜਾਬ ਪੰਜਾਬ ਪੁਲਿਸ SI ਅਤੇ ਪਟਵਾਰੀ ਦੇ ਲਈ ਬੈਚੀ ਸ਼ੁਰੂ ਕੀਤੇ ਜਾ ਚੁੱਕੇ ਨੇ ਅਗਰ ਤੁਸੀਂ ਇਹਨਾਂ ਦੇ ਵਿੱਚ ਐਨਰੋਲ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਿੰਪਲੀ ਸਾਡੀ ਐਪਲੀਕੇਸ਼ਨ ਡਾਊਨਲੋਡ ਕਰ ਸਕਦੇ ਹੋ ਜਾਂ ਫਿਰ ਤੁਸੀਂ ਸਾਡੀ ਵੈਬਸਾਈਟ ਤੇ ਵਿਜ਼ਿਟ ਕਰ ਸਕਦੇ ਹੋ ਵੈਬਸਾਈਟ ਦਾ ਲਿੰਕ ਇੱਥੇ ਦਿੱਤਾ ਹੋਇਆ ਹੋਰ ਵੀ डिफरेंट ਤਰੀਕੇ ਦੇ ਕੋਰਸੇ ਨੇ ਅਗਰ ਤੁਸੀਂ ਉਹਨਾਂ ਦੇ ਵਿੱਚ ਬਾਏ ਕਰਨਾ ਚਾਹੁੰਦੇ ਹੋ ਜਾਂ ਫਿਰ ਕਿਸੇ ਵੀ ਤਰੀਕੇ ਦੀ ਮੌਕ ਟੈਸਟ ਸੀਰੀਜ਼ ਅਵੇਲ ਕਰਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਇਹਨਾਂ ਨੂੰ ਵਿਜ਼ਿਟ ਕਰ ਸਕਦੇ ਹੋ ਚੈਨਲ ਨੂੰ ਫਸਟ ਟਾਈਮ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਰਹੋ ਆਪਾਂ ਸਟਾਰਟ ਕਰਦੇ ਹਾਂ ਸੈਸ਼ਨ ਸਭ ਤੋਂ ਪਹਿਲੇ ਹੈ ਉਹਨਾਂ ਨਿਊਜ਼ ਨੂੰ ਡਿਸਕਸ ਕਰਦੇ ਹੁੰਨੇ ਆਪਾਂ ਜਿਨ੍ਹਾਂ ਨੂੰ ਕੱਲ ਆਪਾਂ ਐਮਸੀਕਿਊ ਫਾਰਮ ਦੇ ਵਿੱਚ ਡਿਸਕਸ ਕੀਤਾ ਹੁੰਦਾ ਹੈ ਉਹਨਾਂ ਦੀ ਰਿਵੀਜ਼ਨ ਕਰਦੇ ਹਾਂ 27th ਅਕਤੂਬਰ ਵਰਲਡ ਡੇ ਫਾਰ ਆਡੀਓ ਵਿਜ਼ੂਅਲ ਹੈਰੀਟੇਜ ਅਬਜ਼ਰਵ ਕੀਤਾ ਗਿਆ ਸੀ ਯੂਨੈਸਕੋ ਦੁਆਰਾ ਯੂਨੈਸਕੋ ਦੁਆਰਾ ਵਰਲਡ ਡੇ ਫਾਰ ਆਡੀਓ ਵਿਜ਼ੂਅਲ ਹੈਰੀਟੇਜ ਅਬਜ਼ਰਵ ਕੀਤਾ ਗਿਆ ਯੂਨੈਸਕੋ ਦੁਆਰਾ 27th ਅਕਤੂਬਰ ਨੂੰ इस दिन की थीम रही स योर विंडो टू द वर्ल्ड योर विंडो टू द वर्ल्ड इस दिन की थीम रही है नैक्स्ट है जापान जापान द्वारा जीरो कार्बन एमिशन के लिए टारगेट अनाउंस किया गया टू थाउजेंड फिफ्टी जापान द्वारा जीरो कार्बन एमिशन के लिए टारगेट टू थाउजेंड फिफ्टी सिमिलरली चाइना द्वारा टू थाउजेंड सिक्सटी यूरोपियन यूनियन या ब्रिटेन द्वारा किना गया टू थाउजेंड फिफ्टी ਨੈਕਸਟ ਯਰ ਰੋਡ ਟਰਾਂਸਪੋਰਟ ਐਂਡ ਹਾਈਵੇਜ਼ ਮਿਨਿਸਟਰ ਰੋਡ ਟਰਾਂਸਪੋਰਟ ਤੇ ਹਾਈਵੇਜ਼ ਮਿਨਿਸਟਰ ਨੇ ਨੀਤਿੰਗੜਕਰੀ ਨੀਤਿੰਗੜਕਰੀ ਇਹਨਾਂ ਨੇ ਫਾਊਂਡੇਸ਼ਨ ਸਟੋਨ ਰੱਖਿਆ ਸੀ ਨੋ ਨੈਸ਼ਨਲ ਹਾਈਵੇ ਪ੍ਰੋਜੈਕਟ ਦੇ ਨੋ ਨੈਸ਼ਨਲ ਹਾਈਵੇ ਪ੍ਰੋਜੈਕਟ ਦੇ ਫਾਊਂਡੇਸ਼ਨ ਸਟੋਨ ਰੱਖੇ ਨੇ ਨੀਤਿੰਗੜਕਰੀ ਨੇ ਠੀਕ ਹੈ ਇਹਨਾਂ ਦੇ ਵਿੱਚੋਂ ਇੱਕ ਆਪਾਂ ਕਾਫੀ ਇੰਪੋਰਟੈਂਟ ਜਿਹੜਾ ਅਬਜ਼ਰਵ ਉਸ ਨੂੰ ਡਿਸਕਸ ਕਰਾਂਗੇ ਤ੍ਰਿਪੁਰਾ ਨੂੰ ਜਿਹੜੇ ਕੀ ਕਰਨਗੇ ਕਨੈਕਟ ਕਰਨਗੇ ਬੰਗਲਾਦੇਸ਼ ਦੇ ਨਾਲ ਔਰ ਬਾਕੀ ਸਟੇਟਸ ਦੇ ਨਾਲ ਠੀਕ ਹੈ ਜਿਹੜਾ ਇਹਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੋਏਗਾ ਓਵਲਾ ਹੋਏਗਾ ਜਿਹੜਾ ਬੰਗਲਾਦੇਸ਼ ਨੂੰ ਕਨੈਕਟ ਕਰੇਗਾ ਤ੍ਰਿਪੁਰਾ ਦੇ ਨਾਲ ਠੀਕ ਹੈ ਉਸਦੇ ਬਾਰੇ ਡਿਸਕਸ ਕਰਾਂਗੇ ਡੀਟੇਲ ਦੇ ਵਿੱਚ ਨੈਕਸਟ ਹੈ ਦੁਬਈ ਦੁਬਈ ਦੁਆਰਾ ਫੇਸ਼ੀਅਲ ਰੈਕੋਗਨਾਈਜੇਸ਼ਨ ਫੇਸ਼ੀਅਲ ਰੈਕੋਗਨਾਈਜੇਸ਼ਨ ਸ਼ੁਰੂ ਕੀਤੀ ਗਈ ਹੈ ਪਬਲਿਕ ਟਰਾਂਸਪੋਰਟ ਦੇ ਵਿੱਚ ਪਬਲਿਕ ਟਰਾਂਸਪੋਰਟ ਨੂੰ ਅਵੇਲ ਕਰਨ ਦੇ ਲਈ ਫੇਸ਼ੀਅਲ ਰੈਕੋਗਨਾਈਜੇਸ਼ਨ ਮੈਥਡ ਯੂਜ਼ ਕਰਨਾ ਸ਼ੁਰੂ ਕੀਤਾ ਗਿਆ ਹੈ ਦੁਬਈ ਦੁਆਰਾ ਨੈਕਸਟ ਆਈਓਸੀ ਇੰਡੀਅਨ ਸੋਰੀ ਆਈਓਸੀ ਇੰਟਰਨੈਸ਼ਨਲ 올림픽 ਕਮੇਟੀ ਇੰਟਰਨੈਸ਼ਨਲ 올림픽 ਕਮੇਟੀ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਥੋਮਸ ਬੈਚ ਥੋਮਸ ਬੈਚ ਇਹਨਾਂ ਨੂੰ ਸਿਓਲ ਪੀਸ ਪ੍ਰਾਈਜ਼ 2020 ਦਿੱਤਾ ਗਿਆ ਸੀ ਇਹਨਾਂ ਨੂੰ ਕਿਹੜਾ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ ਸਿਓਲ ਪੀਸ ਪ੍ਰਾਈਜ਼ 2020 ਸਾਊਥ ਕੋਰੀਆ ਦੇ ਵਿੱਚ ਦਿੱਤਾ ਜਾਂਦਾ ਹੈ ਯਾਦ ਰੱਖਣਾ ਨੈਕਸਟ 2020 ਸ਼ੇਖਾਰੋ ਪ੍ਰਾਈਜ਼ 2020 ਦਾ ਜਿਹੜਾ ਸ਼ਖਰੋਫ ਪ੍ਰਾਈਜ਼ ਹੈ ਇਹ ਦਿੱਤਾ ਗਿਆ ਡੈਮੋਕ੍ਰੈਟਿਕ اپੋਜੀਸ਼ਨ ਆਫ ਬੈਲਾਰੂਸ ਨੂੰ ਬੈਲਾਰੂਸ ਇੱਕ ਕੰਟਰੀ ਹੈ ਜਿਸ ਦੀ اپੋਜੀਸ਼ਨ ਨੂੰ ਕਿਹੜਾ ਵਾਰਡ ਦਿੱਤਾ ਗਿਆ ਸ਼ਖਰੋਫ ਪ੍ਰਾਈਜ਼ ਬੇਸਿਕਲੀ ਇਹਨਾਂ ਦੁਆਰਾ ਜਿਹੜਾ ਰਿਵੋਲਟ ਕੀਤੀ ਗਈ ਸੀ ਕਿਹਾ ਗਿਆ ਸੀ ਕਿ ਜਿਹੜੇ ਇਲੈਕਸ਼ਨਸ ਨੇ ਉਹ ਅੱਛੇ ਤਰੀਕੇ ਨਾਲ ਨਹੀਂ ਕੰਡਕਟ ਕਰਵਾਏ ਗਏ ਇਲੈਕਸ਼ਨਸ ਫੇਅਰ ਨਹੀਂ ਕੰਡਕਟ ਕਰਵਾਏ ਗਏ ਇਸ ਆਵਾਜ਼ ਉਠਾਉਣ ਦੇ ਲਈ ਇਹਨਾਂ ਨੂੰ ਇਹ ਅਵਾਰਡ ਦਿੱਤਾ ਗਿਆ ਸੀ ਬੈਲਾਰੂਸ ਬੈਲਾਰੂਸ ਕੈਪੀਟਲ ਮਿੰਸਕ ਹੈ ਕਰੰਸੀ ਰੂਬਲ ਚੱਲਦੀ ਹੈ नेक्स्ट है सेंट्रल गवर्नमेंट सेंट्रल गवर्नमेंट द्वारा एक सैवनिटी मैंबर कमेटी बनाई गई सैवनी मैंबर कमेटी बनाई गई है जिसके हेड अपॉइंट किए गए प्राइम मिनिस्टर नरेंद्र मोदी कमेटी के हेड अपॉइंट किए गए प्राइम मिनिस्टर नरेंद्र मोदी टू कमेमोरेट फोर हंड्रथ बर्थ एनीवर्सरी ऑफ नाइनथ सिख गुरु गुरु तेग बहादुर जी ऑन फस्ट अप्रैल टू थाउजेंड ट्वेंटी वन फस्ट अप्रैल टू थाउजेंड ट्वेंटी वन ਸਿੱਖਾਂ ਦੇ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਗੁਰੂ ਤੇਗ ਬਹਾਦਰ ਜੀ ਦੀ ਬਰਥ ਐਨੀਵਰਸਰੀ ਆ ਰਹੀ ਹੈ ਕਿੰਨਵੀਂ ਬਰਥ ਐਨੀਵਰਸਰੀ ਆ ਰਹੀ ਹੈ 400th ਬਰਥ ਐਨੀਵਰਸਰੀ ਇਸ ਨੂੰ ਨੈਸ਼ਨਲ ਲੈਵਲ ਦੇ ਉੱਤੇ ਕਾਫੀ ਵੱਡੇ ਪੱਧਰ ਦੇ ਉੱਤੇ ਕਹਿ ਸਕਦੇ ਹਾਂ ਅਬਜ਼ਰਵ ਕਰਨ ਦੇ ਲਈ ਮਨਾਉਣ ਦੇ ਲਈ ਪ੍ਰੈਮਿਸਟਰ ਨਰਿੰਦਰ ਮੋਦੀ ਦੇ ਅੰਡਰ 70 ਮੈਂਬਰ ਕਮੇਟੀ ਬਣਾਈ ਗਈ ਹੈ ਸੈਂਟਰਲ ਗਵਰਨਮੈਂਟ ਦੁਆਰਾ ਨੈਕਸਟ ਐਸ ਵੀ ਸੀ ਕੋਆਪਰੇਟਿਵ ਬੈਂਕ ਐਸ ਵੀ ਸੀ ਕੋਆਪਰੇਟਿਵ ਬੈਂਕ ਇਜ਼ ਅ ਹੈੱਡ ਕੁਆਟਰ ਮੁੰਬਈ ਦੇ ਵਿੱਚ ਇਸ ਨੇ ਐਨਪੀਸੀਆਈ ਦੇ ਨਾਲ ਐਗਰੀਮੈਂਟ ਸਾਈਨ ਕੀਤਾ ਹੈ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਐਨਪੀਸੀਆਈ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਮੁੰਬਈ ਦੇ ਵਿੱਚ ਹੈਡਕੁਆਟਰ ਹੈ 2008 ਦੇ ਵਿੱਚ ਬਣਾਈ ਗਈ ਸੀ ਐਨਪੀਸੀਆਈ ਇਸ ਦੇ ਨਾਲ ਪਾਰਟਨਰਸ਼ਿਪ ਕੀਤੀ ਹੈ ਰਿਵਾਰਡਸ ਪ੍ਰੋਗਰਾਮ ਦੇ ਲਈ ਰਿਵਾਰਡਸ ਪ੍ਰੋਗਰਾਮ ਦੇ ਲਈ ਨੈਕਸਟ ਹੈ ਪੋਲੈਂਡ ਪੋਲੈਂਡ ਹੈਜ਼ ਨੇਮਡ ਇਟਸ ਸਟਰੀਟ ਵ੍ਰੋਕਲੋ ਪੋਲੈਂਡ ਦੁਆਰਾ ਰੋਕਲੋ ਰੋਕਲੋ ਨੂੰ आफ्टर ग्रेट पोयट एंड फादर ऑफ अमिताभ बच्चन हरिवंश राय बच्चन पोलैंड ने की कर रोकलो रोकलो जी सिटी है पोलैंड की इतने हरिवंश राय बच्चन के नाम के उत्ते स्ट्रीट का नाम रखे ठीक है ही इज़ फेमस फॉर हिज राइटिंग्स हरिवंश राय बच्चन किस फेमस ने सब तो ज्यादा मधुशाला के लिए मधुबाला और अग्निपथ इन्ही फेमस राइटिंग्स ने मधुशाला मधुबाला और अग्निपथ पोलैंड ਪੋਲੈਂਡ ਕੈਪੀਟਲ ਵਾਰਸੋ ਹੈ ਕਰੰਸੀ ਜ਼ਲੋਟੀ ਜਾਂਦੀ ਹੈ ਨੈਕਸਟ ਹੈ 터ਕੀ 터ਕੀ ਬਾਇਕਾਟਸ ਫ੍ਰੈਂਚ ਗੁੱਡਸ ਟੂ ਬੀ ਇੰਪੋਰਟਡ ਇਨ ਦਾ ਕੰਟਰੀ ਡਿਊ ਟੂ ਰਿਲੀਜੀਅਸ ਕੌਨਫਲਿਕਟਸ ਰਿਲੀਜੀਅਸ ਕੌਨਫਲਿਕਟਸ ਦੇ ਕਾਰਨ 터ਕੀ ਨੇ ਕੀ ਕਰਿਆ ਫ੍ਰਾਂਸ ਦੇ ਫ੍ਰਾਂਸ ਦੇ ਗੁੱਡਸ ਨੂੰ ਕੀ ਕੀਤਾ ਬਾਇਕਾਟ ਕੀਤਾ ਬੇਸਿਕਲੀ ਜਿਹੜੇ ਫ੍ਰਾਂਸ ਦੇ ਪ੍ਰਾਈਮ ਮਿਨਿਸਟਰ ਨੇ ਇਮੈਨੂਅਲ ਮੈਕਰੋਨ ਉਹਨਾਂ ਦੁਆਰਾ ਇੱਕ ਸਟੇਟਮੈਂਟ ਦਿੱਤੀ ਗਈ ਸੀ ਜਿਸ ਕਾਰਨ ਥੋੜਾ ਮੁਸਲਿਮ ਜਿਹੜੀ ਕੰਟਰੀਜ਼ ਨੇ ਉਸ ਖਿਲਾਫ ਹੋਰੀਆਂ ਨੇ ਫ੍ਰਾਂਸ ਦੇ ਜਿਸ ਦੇ ਵਿੱਚ 터키ਆ ਸੀ ਕੰਟਰੀ ਪਹਿਲੇ ਬਣੀ ਸੀ ਜਿਸ ਨੇ ਫ੍ਰੈਂਚ ਗੁੱਡਸ ਨੂੰ ਬੋਇਕਾਟ ਕੀਤਾ ਨੈਕਸਟ ਹੈ ਕੋਟੀ ਸ਼੍ਰੀਕਾਂਤ ਕੋਟੀ ਸ਼੍ਰੀਕਾਂਤ ਹਾਈਦਰਾਬਾਦ ਤੋਂ ਬਿਲੋਂਗ ਕਰਦੇ ਨੇ ਜੁਵੈਲਰ ਨੇ ਇਹਨਾਂ ਨੇ ਗੀਨਿਸ ਵਰਲਡ ਰਿਕਾਰਡ ਬਣਾਇਆ ਗੀਨਿਸ ਵਰਲਡ ਰਿਕਾਰਡ ਬਣਾਇਆ ਕਿਵੇਂ ਇੱਕ ਰਿੰਗ ਬਣਾਈ ਇਹਨਾਂ ਨੇ 7801 ਡਾਇਮੰਡ ਲਗਾ ਕੇ 7801 ਡਾਇਮੰਡ ਲਗਾ ਕੇ ਇੱਕ ਰਿੰਗ ਬਣਾਈ ਉਸ ਰਿੰਗ ਦਾ ਨਾਮ ਰੱਖਿਆ ਦ ਡਿਵਾਈਨ 7801 ਭ੍ਰਮ ਵਜਰ ਕਮਲਮ ब्रह्म वज्रकमलम नेक्स्ट है अ कमांडरज कॉन्फ्रेंस ऑफ इंडियन आर्मी इंडियन आर्मी दी कमांडरज कॉन्फ्रेंस नु न्यू दिल्ली ਦੇ ਵਿੱਚ ਕੰਡਕਟ ਕੀਤਾ ਗਿਆ न्यू दिल्ली ਦੇ ਵਿੱਚ इंडियन आर्मी दी कमांडरज कॉन्फ्रेंस नु ਕੰਡਕਟ ਕੀਤਾ ਗਿਆ यूपी यूपी ਦੁਆਰਾ ਫਰਸਟ ਰੈਂਕ ਹਾਸਲ ਕੀਤਾ ਗਿਆ ਪੀਐਮ ਸਵਰਨidhi ਸਕੀਮ ਦੇ ਅੰਦਰ ਪੀਐਮ ਸਵਰਨidhi ਸਕੀਮ ਦੇ ਅੰਦਰ ਫਰਸਟ ਰੈਂਕ ਹਾਸਲ ਕੀਤਾ ਗਿਆ ਯੂਪੀ ਦੁਆਰਾ ਬੇਸਿਕਲੀ ਹਾਈएस्ट ਨੰਬਰ ਆਫ ਲੋਨਸ ਅਪਰੂਵ ਕੀਤੇ ਗਏ ਯੂਪੀ ਦੁਆਰਾ ਜਿਸ ਦੇ ਅੰਦਰ ਇੱਕ ਪਾਰਟਿਕੂਲਰ ਲਿਸਟ ਵੀ ਜਾਰੀ ਕੀਤੀ ਗਈ ਹੈ ਕਿ ਅਗਰ ਇੰਡੀਆ ਦੀ ਟਾਪ 10 ਸਿਟੀਜ਼ ਦੀ ਗੱਲ ਕਰੀਏ ਇਸ ਸਕੀਮ ਨੂੰ ਇੰਪਲੀਮੈਂਟ ਕਰਨ ਦੇ ਵਿੱਚ ਪੀਐਮ ਸਵਰਨidhi ਸਕੀਮ ਜਿਹੜੀ ਕਿ ਜੂਨ ਦੇ ਵਿੱਚ 1 ਜੂਨ 2020 ਤੋਂ ਲਾਗੂ ਕੀਤੀ ਗਈ ਸੀ ਇਸ ਸਕੀਮ ਦੇ ਅੰਦਰ ਸਭ ਤੋਂ ਜ਼ਿਆਦਾ ਅਗਰ 10 ਸਿਟੀਜ਼ ਦੀ ਗੱਲ ਕਰੀਏ ਟਾਪ 10 ਸਿਟੀਜ਼ ਦੇ ਵਿੱਚ 7 ਸਿਟੀਜ਼ ਯੂਪੀ ਦੀਆਂ ਨੇ ਜਿਸ ਦੇ ਵਿੱਚੋਂ ਅਗਰ ਟੌਪ 3 ਦੀ ਗੱਲ ਕਰੀਏ ਤਾਂ ਵੀ ਯੂਪੀ ਦੀਆਂ ਨੇ ਵਾਰਾਨਸੀ ਲਖਨਊ ਔਰ ਅਲੀਗੜ੍ਹ ਵਾਰਾਨਸੀ ਲਖਨਊ ਔਰ ਅਲੀਗੜ੍ਹ ਟੌਪ 10 ਸਿਟੀਜ਼ ਦੇ ਵਿੱਚੋਂ ਟੌਪ 3 ਸਿਟੀਜ਼ ਵੀ ਯੂਪੀ ਦੀਆਂ ਨੇ ਨੈਕਸਟ ਹੈ ਯੂਪੀ ਯੂਪੀ ਗਵਰਨਮੈਂਟ ਨੇ ਡਿਸਾਈਡ ਕੀਤਾ ਹੈ ਟੂ ਐਸਟੈਬਲਿਸ਼ ਐਂਟੀ ਹਿਊਮਨ ਟ੍ਰੈਫਿਕਿੰਗ ਪੁਲਿਸ ਸਟੇਸ਼ਨ ਐਂਟੀ ਹਿਊਮਨ ਟ੍ਰੈਫਿਕਿੰਗ ਪੁਲਿਸ ਸਟੇਸ਼ਨ ਡਿਸਾਈਡ ਕੀਤਾ ਸੀ ਯੂਪੀ ਦੁਆਰਾ ਬਣਾਉਂਦਾ ਜਿਸ ਦੇ ਅੰਡਰ ਕੀ ਕੀਤਾ ਜਾਏਗਾ ਹਰ ਇੱਕ ਡਿਸਟ੍ਰਿਕਟ ਦੇ ਵਿੱਚ ਇੱਕ ਪੁਲਿਸ ਸਟੇਸ਼ਨ ਸਪੈਸ਼ਲੀ ਬਣਾਇਆ ਜਾਏਗਾ ਜਿਸ ਦੇ ਵਿੱਚ ਹਿਊਮਨ ਟ੍ਰੈਫਿਕਿੰਗ ਨੂੰ ਰੋਕਿਆ ਜਾ ਸਕੇ ਊਮਨ ਔਰ ਚਿਲਡਰਨਸ ਅਗੇਂਸਟ ਜਿਹੜੇ ਕ੍ਰਾਈਮ ਨੇ ਉਸ ਨੂੰ ਰੋਕ ਕੇ ਜਾਣ ਦੇ ਲਈ ਇਸ ਇਨੀਸ਼ੀਏਟਿਵ ਨੂੰ ਲਾਂਚ ਕੀਤਾ ਗਿਆ ਯੂਪੀ ਦੇ ਚੀਫ ਮਿਨਿਸਟਰ ਯੋਗੀ ਅਦਿੱਤਿਆਨਾਥ ਨੇ ਔਰ ਗਵਰਨਰ ਦੀ ਗੱਲ ਕਰੀਏ ਆਨੰਦੀ ਬੈਨ ਪਟੇਲ ਆਨੰਦੀ ਬੈਨ ਪਟੇਲ ਨੈਕਸਟ ਚਲਦੇ ਆ ਸਟੈਟਿਕ ਪੋਰਸ਼ਨ ਦੇ ਵਿੱਚ ਅਵਾਰਡ ਡਿਸਕਸ ਕਰ ਰਹੇ ਆਪਾਂ ਕੱਲ ਡਿਸਕਸ ਕੀਤੇ ਸੀ ਦੁਬਾਰਾ ਅੱਜ ਇਹਨਾਂ ਨੂੰ ਡਿਸਕਸ ਕਰਾਂਗੇ ਅਰਜੁਨ ਅਵਾਰਡ ਟੋਟਲ 27 ਲੋਕਾਂ ਨੂੰ ਦਿੱਤਾ ਗਿਆ ਜਿਸ ਦੇ ਵਿੱਚੋਂ ਸੱਤ ਡਿਸਕਸ ਕਰ ਰਹੇ ਆਂ ਇਸ਼ਾਨ ਸ਼ਰਮਾ ਔਰ ਦੀਪਤੀ ਸ਼ਰਮਾ ਇਸ਼ਾਨ ਸ਼ਰਮਾ ਔਰ ਦੀਪਤੀ ਸ਼ਰਮਾ ਕ੍ਰਿਕਟ ਦੇ ਲਈ ਇਸ਼ਾਨ ਸ਼ਰਮਾ ਔਰ ਦੀਪਤੀ ਸ਼ਰਮਾ ਕ੍ਰਿਕਟ ਦੇ ਲਈ ਆਕਾਸ਼ਦੀਪ ਸਿੰਘ ਔਰ ਦੀਪਿਕਾ ਆਕਾਸ਼ਦੀਪ ਸਿੰਘ ਔਰ ਦੀਪਿਕਾ ਹਾਕੀ ਦੇ ਲਈ सत्विक सहराज रे रनी रेड्डी एस एस के रेड्डी के दे, नाम तो याद रखा एस एस के रेड्डी प्लस चिराग शेट्टी चिराग चंद्रशेखर शेट्टी चिराग शेट्टी बैडमिंटन दो नाम क्रिकेट दे, दो हॉकी दे, दो बैडमिंटन दे और एक सिंगल बास्केटबॉल विशेष ब्रिगवंशी, विशेष ब्रिगवंशी, ठीक है जी इशांत शर्मा दीप्ति शर्मा आकाशदीप सिंह दीपिका ਸਤ ਐਸ ਐਸ ਰਣੀਕੇ ਰੇਡੀ ਅਤੇ ਚਿਰਾਗ ਸ਼ੇਟੀ बैडमिंटਨ ਦੇ ਵਿੱਚ ਔਰ ਵਿਸ਼ੇਸ਼ ਬ੍ਰਿਗਵੰਸ਼ੀ ਬਾਸਕਟਬਾਲ ਦੇ ਲਈ ਠੀਕ ਹੈ ਜੀ ਨੈਕਸਟ ਚਲਦੇ ਆ ਅਸ ਦੇ ਫਰਸਟ ਕੁਐਸਚਨ ਦੇ ਵੱਲ ਫਰਸਟ ਕੁਐਸਚਨ ਹੈ ਵਿਚ ਡੇ ਇਜ਼ ਅਬਜ਼ਰਵਡ ਐਸ 73rd ਅਨਿਵਰਸਰੀ ਆਫ ਅਸੈਸਿਨੇਸ਼ਨ ਡੇ ਆਫ ਜੰਮੂ ਐਂਡ ਕਸ਼ਮੀਰ ਜੰਮੂ ਐਂਡ ਕਸ਼ਮੀਰ ਦੀ ਗੱਲ ਕਰਦੇ ਆ ਜੰਮੂ ਐਂਡ ਕਸ਼ਮੀਰ ਦੇ ਵਿੱਚ ਕੀ ਹੋਇਆ ਸੀ ਕਿ ਜਦੋਂ ਇੰਡੀਆ ਦੀ ਪਾਰਟੀਸ਼ਨ ਹੋਈ ਸੀ ステイツ ਨੂੰ ਰਾਜਿਆਂ ਨੂੰ ਕਿਹਾ ਗਿਆ ਸੀ ਕਿ ਅਗਰ ਤੁਸੀਂ ਚਾਹੋ ਪਾਕਿਸਤਾਨ ਨਾਲ ਜੁੜਨਾ ਚਾਹੁੰਦੇ ਹੋ ਪਾਕਿਸਤਾਨ ਨਾਲ ਜੁੜ ਸਕਦੇ ਹੋ ਇੰਡੀਆ ਨਾਲ ਜੁੜਨਾ ਚਾਹੁੰਦੇ ਹੋ ਤਾਂ ਇੰਡੀਆ ਨਾਲ ਜੁੜ ਸਕਦੇ ਹੋ ਠੀਕ ਹੈ ਤਾਂ ਜੰਮੂ ਐਂਡ ਕਸ਼ਮੀਰ ਇੰਡੀਆ ਦੇ ਨਾਲ ਕਦੋਂ ਜੁੜਿਆ ਸੀ ਜੰਮੂ ਐਂਡ ਕਸ਼ਮੀਰ ਦੇ ਲਈ ਇੰਡੀਆ ਦੇ ਨਾਲ ਜਿਹੜਾ ਐਗਰੀਮੈਂਟ ਸਾਈਨ ਕੀਤਾ ਗਿਆ ਸੀ ਜੁੜਨ ਦਾ ਉਸ ਐਗਰੀਮੈਂਟ ਦੀ 73rd ਐਨੀਵਰਸਰੀ ਅਬਜ਼ਰਵ ਕੀਤੀ ਗਈ ਹੈ 26th ਆਫ ਅਕਤੂਬਰ ਨੂੰ 26 ਅਕਤੂਬਰ 1947 ਦੇ ਵਿੱਚ ਜੁੜਿਆ ਗਿਆ ਸੀ 73rd ਐਨੀਵਰਸਰੀ ਅਬਜ਼ਰਵ ਕੀਤੀ ਗਈ ਹੈ ਜੰਮੂ ਐਂਡ ਕਸ਼ਮੀਰ ਦੇ ਜੁੜਨ ਦੀ ਠੀਕ ਹੈ ਜੀ ਯਾਦ ਰੱਖਣਾ ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰਦੇ ਹਾਂ ਬਾਕੀ ਆਪਸ਼ਨਸ ਦੀ ਤਾਂ ਬਾਕੀ ਆਪਸ਼ਨਸ ਦੇ ਵਿੱਚ ਕੁਛ ਨਾ ਕੁਛ ਡੇਜ਼ ਨਹੀਂ ਸੀਗੇ ਆਪਾਂ ਡਿਸਕਸ ਕੀਤੇ ਸੀ ਪਹਿਲੇ ਦੁਬਾਰਾ ਡਿਸਕਸ ਕਰਾਂਗੇ 27th ਅਕਤੂਬਰ ਵਰਲਡ ਡੇ ਫਾਰ ਆਡੀਓ ਵਿਜ਼ੂਅਲ ਹੈਰੀਟੇਜ ਆਡੀਓ ਵਿਜ਼ੂਅਲ ਹੈਰੀਟੇਜ ਕਿਸ ਦਿਨ ਅਬਜ਼ਰਵ ਕੀਤਾ ਗਿਆ ਸੀ ਇਹ 27th ਆਫ ਅਕਤੂਬਰ ਨੂੰ ठीक है जी इस तो इलावा ट्वेंटी फोर्थ अक्टूबर यू एन डे डिस्कस किया से अपने यूनाइट नेशनस डे ट्वेंटी फोरथ अक्टूबर ट्वेंटी फोरथ अक्टूबर ही वर्ल्ड डेवलपमेंट इनफोरमेसन डे वर्ल्ड डेवलपमेंट इनफोरमेसन डे भी ट्वेंटी फोरथ अक्टूबर ट्वेंटी फर्स्ट अक्तूबर ट्वेंटी फस्ट अक्टूबर उड़ान डे ऑबजर्व किया उड़ान स्कीम की चौथी एनीवर्सरी ओबजरव की गई थ्वेंटी फोर्स फस्ट अक्तूबर ट्वेंटी फस्ट अक्टूबर ही आयोडिन डेफिशियंसी डे ਵਰਲਡ ਆਇਓਡੀਨ ਡੈਫੀਸ਼ੀਐਂਸੀ ਡੇ ਵੀ ਅਬਜ਼ਰਵ ਕੀਤਾ ਗਿਆ ਸੀ 21 ਅਕਤੂਬਰ ਨੂੰ ਇਸ ਤੋਂ ਇਲਾਵਾ 21 ਅਕਤੂਬਰ ਨੂੰ ਹੀ ਨੈਸ਼ਨਲ ਪੁਲਿਸ ਕਮੇਮੋਰੇਸ਼ਨ ਡੇ ਵੀ ਅਬਜ਼ਰਵ ਕੀਤਾ ਗਿਆ ਸੀ ਨੈਸ਼ਨਲ ਪੁਲਿਸ ਕਮੇਮੋਰੇਸ਼ਨ ਡੇ 23 ਕਰ ਲੈਨੇ ਆ ਤੇ ਆਪਸ਼ਨਸ ਦੇ ਵਿੱਚ ਤਾਂ 23 ਦੀ ਗੱਲ ਕਰੀਏ ਤਾਂ ਇੰਟਰਨੈਸ਼ਨਲ 스ਨੋ ਲਿਓਪਡ ਡੇ ਇੰਟਰਨੈਸ਼ਨਲ 스ਨੋ ਲਿਓਪਡ ਡੇ ਅਬਜ਼ਰਵ ਕੀਤਾ ਗਿਆ ਨੈਕਸਟ ਹੈ ਸਪੇਸਕ੍ਰਾਫਟ ਸੋਫੀਆ ਇਜ਼ ਰਿਲੇਟਡ ਟੂ ਵਿਚ ਸਪੇਸ ਏਜੰਸੀ ਸਪੇਸਕ੍ਰਾਫਟ ਸੋਫੀਆ ਹੈ ਜਿਹੜਾ ਇਹ ਕਿਹੜੀ ਸਪੇਸ ਏਜੰਸੀ ਦੇ ਨਾਲ ਰਿਲੇਟਡ ਹੈ ਇਹ ਰਿਲੇਟਡ ਹੈ ਨਾਸਾ ਦੇ ਨਾਲ ਬੇਸਿਕਲੀ ਜਿਹੜਾ ਸੋਫੀਆ ਹੈ ਇਹ ਨਾਸਾ ਦੁਆਰਾ ਭੇਜਿਆ ਗਿਆ ਸੀ ਜਰਮਨੀ ਦੇ ਨਾਲ ਮਿਲ ਕੇ ਯੂ ਐਸ ਏ ਦੀ ਸਪੇਸ ਏਜੰਸੀ ਨੇ ਜਰਮਨੀ ਦੇ ਨਾਲ ਮਿਲ ਕੇ ਮੂਨ ਦੇ ਉੱਤੇ ਸਟੱਡੀ ਕਰਨ ਦੇ ਲਈ ਭੇਜਿਆ ਗਿਆ ਸੀ ਸੋਫੀਆ सोफिया स्पेसक्राफ्ट ने की करे है सोफिया स्पेसक्राफ्ट ने कहा है कि वाटर पाया गया मून के उ मून के उ वाटर देखा गया अकॉर्डिंग टू द सोफिया स्पेसक्राफ्ट नासा द्वारा जारी किया गया डायरेक्ट याद रखना कि सोफिया स्पेसक्राफ्ट किसने भेजा सी यू एस ए ने मून के उत्तर पानी पाया गया नहीं पाया गया तो बाद कदे देखी जाएगी इंपोर्टेंट फैक्ट की है कि जी सोफिया है सोफिया की फॉर्म है फॉर्म को एग्जाम पूछी जा सकती है स्टैट फॉर्म है स्ट्रेटोस्फ़िरिक ऑब्जर्वेटरी फॉर इन्फ्रारेड एस्ट्रोनॉमी की फॉर्म है सब तो पहले स्टेटोसफिर ऑब्जर्वेटरी फॉर इनफ्रारेड इंफ्रारेड एस्ट्रोनॉमी ਸੋਫੀਆ ਦੀ ਫੁਲ ਫਾਰਮ ਹੈ ਠੀਕ ਹੈ ਯਾਦ ਰੱਖਣੀ ਹੈ ਨਾਸਾ ਦੀ ਗੱਲ ਕਰਦੇ ਆ ਵਾਸ਼ਿੰਗਟਨ ਦੇ ਵਿੱਚ ਹੈਡ ਕੁਆਰਟਰ ਹੈ ਇਸ ਤੋਂ ਇਲਾਵਾ ਨਾਸਾ ਦੇ ਹੈੱਡ ਨੇ ਜिम ਬ੍ਰਾਈਟਸਟਿਨ ਜिम ਬ੍ਰਾਈਟਸਟਿਨ ਨਾਮ ਯਾਦ ਰੱਖਣਾ ਇੰਪੋਰਟੈਂਟ ਰਹੇਗਾ ਇਸਰੋ ਇੰਡੀਆ ਦੀ ਸਪੇਸ ਏਜੰਸੀ ਦਾ ਨਾਮ ਇਸਰੋ ਹੈ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਇਸਰੋ ਦਾ ਹੈਡ ਕੁਆਰਟਰ ਕਰਨਾਟਕਾ ਦੇ ਬੰਗਲੌਰੂ ਦੇ ਵਿੱਚ ਹੈ ਇਸਰੋ ਦੀ ਹੀ ਗੱਲ ਕਰਦੇ ਆ ਤਾਂ ਇਸਰੋ ਦੇ ਹੈੱਡ ਕੇ ਸਿਵਾਨ ਨੇ ਕੇ ਸਿਵਾਨ 15 ਅਗਸਤ 1969 ਨੂੰ ਇਸਰੋ ਬਣਾਇਆ ਗਿਆ ਸੀ इसरो ਦੇ ਹੈੱਡ ਕੇ ਸਿਵਾਨ ਨੂੰ ਰੀਸੈਂਟਲੀ ਵੌਨ ਕਰਮਨ ਅਵਾਰਡ ਦਿੱਤਾ ਗਿਆ ਸੀ ਵੌਨ ਕਰਮਨ ਅਵਾਰਡ ਦਿੱਤਾ ਗਿਆ ਸੀ ਜੈਕਸਾ ਦੀ ਗੱਲ ਕਰਦੇ ਆ ਜਾਪਾਨ ਦੀ ਸਪੇਸ ਏਜੰਸੀ ਦਾ ਨਾਮ ਜੈਕਸਾ ਹੈ ਰੋਸਕੋਸਮੋਸ ਰਸ਼ੀਆ ਦੀ ਸਪੇਸ ਏਜੰਸੀ ਦਾ ਨਾਮ ਹੈ ਰੋਸਕੋਸਮੋਸ ਔਰ ਸੀਐਨਈਐਸ ਸੀਐਨਈਐਸ ਫਰਾਂਸ ਦੀ ਸਪੇਸ ਏਜੰਸੀ ਦਾ ਨਾਮ ਹੈ ਫਰਾਂਸ ਦੀ ਸਪੇਸ ਏਜੰਸੀ ਦਾ ਨਾਮ ਸੀਐਨਈਐਸ ਹੈ ਨੈਕਸਟ ਇਚ ਆਫ ਦਾ ਫੋਲੋਇੰਗ ਹੈਸ ਟਾਪ ਦਾ list of world best employed 2020 published by forbs ਤੁਹਾਨੂੰ ਯਾਦ ਹੋਵੇਗਾ 2 ਦਿਨ ਪਹਿਲੇ ਡਿਸਕਸ ਕੀਤਾ ਸੀ ਆਪਾਂ ਨੇ ਕਿ ਐਨਟੀਪੀਸੀ ਦੁਆਰਾ ਐਨਟੀਪੀਸੀ ਦੁਆਰਾ ਵਰਲਡ ਬੈਸਟ এমਪਲੋਏ 2020 ਦੀ ਜਿਹੜੀ ਲਿਸਟ ਸੀ ਉਸ ਦੇ ਵਿੱਚ ਟਾਪ ਕੀਤਾ ਗਿਆ ਸੀ ਠੀਕ ਹੈ ਯਾ ਡਿਸਕਸ ਕੀਤਾ ਸੀ ਪਰ ਯਾ ਰੱਖਣਾ ਉਸ ਕੁਐਸਚਨ ਦੇ ਵਿੱਚ ਇੱਕ ਚੀਜ਼ ਆਪਾਂ ਨੇ ਨਾਲ ਐਡ ਕੀਤੀ ਸੀ ਪੀਐਸਯੂ ਪਬਲਿਕ ਸੈਕਟਰ ਯੂਨਿਟ पब्लिक सैक्टर यूनिट कैटेगरी केन टी पी सी द्वारा टॉप किया गया है अगर ओवरऑल इस लिस्ट की गल करते हैं तो ओवरऑल इस लिस्ट के सैमसंग द्वारा टॉप किया गया सैमसंग जो कि साउथ कोरिया की कंपनी है इस द्वारा इस लिस्ट के टॉप किया गया ठीक है जी सब तो टॉप किसने किया साउथ कोरिया ने अगर इंडिया के गल करिए इंडिया के इस लिस्ट के टॉप किया एच सी एल टेक्नोलॉजीज़ ने एच सल टेक्नोलॉजीज़ इंडियन कंपनी है और इस लिस्ट के थर्टीएथ नंबर पर रही है इस लिस्ट के थर्टीयथ नंबर पर रही है ठीक है जी इस अलावा तो बैंकिंग सैक्टर इंडिया के टॉप किया एच डी एफ सी बैंक ने एच डी एफ सी बैंक ने बैंकिंग सैक्टर टॉप किया इस लिस्ट के सौ छिहत्वें नंबर पर रहा है ठीक है प्लस हमने आप पब्लिक सैक्टर यूनिट के एन टी पी सी ने टॉप किया और एन टी पी सी इस लिस्ट के दो सौ इकाहठवें नंबर पर रहा है ठीक है अपने लिए इंपोर्टेंट बनेगा इंडिया वालों किसने टॉप किया एच सी एल टैक्नोलॉजीज किन्नवे नंबर पर रहा थर्टीएथ नंबर पर वैसे किसने टॉप किया सैमसंग ने बैंकिंगों एच डी एफ सी बैंक ने और पीएस यू के एन टी पी सी ने टॉप किता नैक्सट हु इज़ अपॉइंटड एज चेयरमैन चेयरमैन अपॉइंट किए गए फैडरेशन ऑफ इंडियन फैटेसी स्पोर्ट्स के चेयरमैन अपॉइंट किए गए किस दे फेंटेसी ऑफ इंडियन स्प इंडियन फेंटसी स्पोर्ट्स के कौन अपॉइंट किए गए यह अपॉइंट किए गए बीमल जुलका बीमल जुलका बीमल जुलका का नाम होगा काफ़ी इंपोर्टेंट नाम है इंडिया केफ़ी अच्छी पोस्ट दईसीआईसी पोस्ट होल्ड कर रहे हैं बिमल जुलका सीआईसी कौन ने चीफ इंफोरमेन कमिश्नर जरा आर टी आई एक्ट है आर टी आई एक्ट सीआईसी के अंडर आता है जो चीफ इंफॉर्मेशन कमिश्नर ने इंडिया के कौन ने बीमल जुलका इन्हों ही चेयरमैन अपॉइंट किया गया है फैडरेशन ऑफ इंडिया फेंटसी स्पोर्ट्स इस अलावा तो संजय कोठारी संजय कोठारी सी सी ने सेंटर विजिलेंस कमिश्नर सेंटर विजिलेंस कमिश्नर कौन ने सी सी संजय कोठारी सेंटर इंट कमिश्नर बीमल जुलका सी चीफ इलेक्शन कमिश्नर सुनील अरोड़ा चीफ इलेक्शन कमिश्नर सुनील अरोड़ा सोमा रॉय बर्मन सी जी जीसी जी सी मुरमु सी ए जी सी ए जी का मतलब है कंट्रोलर एंड ऑडिटर जनरल कंट्रोलर एंड ऑडिटर जनरल कौन ने जी सी मुरमु कैग कैग जी सी रिसेंटली अपॉइंट किए गए ने सोमा रॉय बर्मन सी जी ए ने कंट्रोलर जनरल ऑफ अकाउंट्स कंट्रोलर जनरल ऑफ अकाउंट्स सी जी ए ने सोमा रॉय बर्मन ठीक है जी नाम सारे याद रखने नेक्स्ट है हु हैज वोन अ स्पेशल प्राइज स्पेशल प्राइज ऑफ यू एस डी थाउजेंड थाउजेंड डॉलर का अवार्ड दिता गया है फॉर हिज आर्ट वर्क इन द ग्लोबल आर्ट कंपीटिशन यूनाइटेड अगेंस्ट करोना एक्सप्रेस थ्रू आर्ट यूनाइटेड अगेंस्ट करोना एक्सप्रेस थ्रू आर्ट एक कंपीटिशन हैल्ड किया गया इंडिया वालों इंडियन काउंसल ऑफ कल्चरल रिलेंस इंडियन काउंसल ऑफ कल्चरल रिलेंस द्वारा एक पेंटिंग कंपीटिशन आर्ट कंपीटिशन जारी किया गया यूनाइटेड अगेंस्ट करोना एक्सप्रेस थ्रू आर्ट जिस अवार्ड जितया अंज़र मुस्तईन ने अंज़र मुस्तैन सिर्फ छे साल के और बंगलादेश बिलोंग करते हैं ਯਾਰ ਕਿਨੇ ਕਿਹੜੀ ਕੰਟਰੀ ਤੋਂ ਬਿਲੋਂਗ ਕਰਦੇ ਨੇ ਬੰਗਲਾਦੇਸ਼ ਤੋਂ 6 ਸਾਲ ਦੇ ਨੇ ਅਨਜ਼ਰ ਮੁਸਤਾਇਨ ਇਹਨਾਂ ਦੁਆਰਾ 1000 ਡਾਲਰ ਦਾ ਅਵਾਰਡ ਇਹ ਜਿੱਤਿਆ ਗਿਆ ਯੂਨਾਈਟਿਡ ਅਗੇਂਸਟ ਕੋਰੋਨਾ ਐਕਸਪ੍ਰੈਸ ਥਰੂ ਆਟ ਇਸ ਤੋਂ ਇਲਾਵਾ ਅਗਰ ਬਾਕੀ ਆਪਸ਼ਨਸ ਦੀ ਗੱਲ ਕਰਦੇ ਆ ਤਾਂ ਇਹਨਾਂ ਦੇ ਵਿੱਚ ਅਦੀਲ ਹੁਸੈਨ ਅਦੀਲ ਹੁਸੈਨ ਦਾ ਨਾਮ ਆਪਾਂ ਡਿਸਕਸ ਕੀਤਾ ਸੀ ਇੰਡੋ ਜਰਮਨ ਫੈਸਟੀਵਲ ਆਰਗੇਨਾਈਜ਼ ਕੀਤਾ ਗਿਆ ਫਿਲਮ ਫੈਸਟੀਵਲ ਜਿਸ ਦੇ ਵਿੱਚ ਅਦੀਲ ਹੁਸੈਨ ਨੂੰ ਪ੍ਰੀਖਿਆ ਮੂਵੀ ਦੇ ਲਈ ਪ੍ਰੀਖਿਆ ਮੂਵੀ ਦੇ ਲਈ ਅਵਾਰਡ ਦਿੱਤਾ ਗਿਆ ਸੀ ਪ੍ਰੀਖਿਆ ਮੂਵੀ ਦੇ ਲਈ ਬੈਸਟ ਐਕਟਰ ਦਾ ਅਵਾਰਡ ਜਿੱਤਿਆ ਅਦੀਲ ਹੁਸੈਨ ਨੇ ਮਿੰਤੀ ਅਗਰਵਾਲ ਮਿੰਤੀ ਅਗਰਵਾਲ ਫਰਸਟ ਊਮਨ ਬਣੀ ਜਿਨਾਂ ਨੂੰ ਯੁੱਧ ਸੇਵਾ ਮੈਡਲ ਦਿੱਤਾ ਗਿਆ ਯੁੱਧ ਸੇਵਾ ਮੈਡਲ ਕਿੰਨਾਂ ਨੇ ਦਿੱਤਾ ਗਿਆ ਮਿੰਤੀ ਅਗਰਵਾਲ ਨੂੰ ਅਮੈਨੂਅਲ ਅਸਰਤ ਅਮੈਨੂਅਲ ਅਸਰਤ ਬੇਸਿਕਲੀ ਐਡੀਟਰੀਆ ਤੋਂ ਬਿਲੋਂਗ ਕਰਦੇ ਨੇ आइटेरी तो बिलोंग करते हैं और इन्होंने इंटरनेशनल राइटर ऑफ करेज अवॉर्ड दता गया इंटरनेशनल राइटर ऑफ करेज अवॉर्ड दिते इन्होंने किमैनुअल असरत ने राणा साहवी राणा साहवी का नाम काफ़ी बार डिस्कस किया जामीन हजारी का अवॉर्ड यामिन हजारी का अवॉर्ड दिता गया सी राणा साहवी द्वारा नैक्स्ट है हू हैज लॉन्च फर्स्ट एवर एससी ओ स्टार्टअप फोरम अ हैड ऑफ एससी ओ ट्रेड मिनिस्टर मीटिंग आप डकस किया पहले डिस्कस किया है काफ़ी इंपोर्टेंट न्यूज़ है इस करके दोबारा डिस्कस कर रहे हैं कि एस सी ओ दार्टअप फोरम किंट्री के ऑर्गेनाइज़ किया जाएगा इंडिया के ऑर्गेनाइज किया जाएगा इंडिया होस्ट करेगा अच्छा इस तो तुला आप भी डिस्कस किया टू प्लस टू डायलॉग इंडिया और यू एस ए का टू प्लस टू डायलॉग ऑरगेनाइज किया गया अपना डिसकस किया यू एस डिफेंस गल करिए सेक्रेटरी ऑफ डिफेंस और सेक्रेटरी ऑफ स्टेट इंडिया की विजिट पर आई सी माइक पैम्पीओ और मार्क टी एसपर इंडिया की विजिट पर आए दो द्वारा एग्रीमेंट साइन किए गए बैका एग्रीमेंट अपना काफ़ी बार डिस्कस किया है बैका एग्रीमेंट इंडिया और यू एस ए का साइन किया गया ठीक है जी हूँ जी एस सी ओ स्टार्टअप फोरम है इसका पहला एडिशन है एससी ओ स्टार्टअप फोरम का पहला ही एडिशन है और इंडिया ने न्यू दिल्ली के ऑर्गेनाइज किया गया कि द्वारा लॉन्च किया गया इस ਪਿਊਸ਼ ਗੋਇਲ ਦੁਆਰਾ ਪਿਊਸ਼ ਗੋਇਲ ਦੁਆਰਾ ਇਸ ਨੂੰ ਆਰਗੇਨਾਈਜ਼ ਕੀਤਾ ਗਿਆ ਪਿਊਸ਼ ਗੋਇਲ ਕੌਣ ਨੇ ਇੰਡੀਆ ਦੇ ਕਮਰਸ ਐਂਡ ਇੰਡਸਟਰੀਜ਼ ਮਿਨਿਸਟਰ ਨੇ ਇਸ ਤੋਂ ਇਲਾਵਾ ਰੇਲਵੇ ਮਿਨਿਸਟਰੀ ਹੋਲਡ ਕਰਦੇ ਨੇ ਪਲੱਸ ਇਹਨਾਂ ਨੂੰ ਦੋ ਮਿਨਿਸਟਰੀ ਰੀਸੈਂਟਲੀ ਦਿੱਤੀਆਂ ਗਈਆਂ ਇੱਕ ਤਾਂ ਹੋ ਗਈ ਕੰਜ਼ਿਊਮਰ ਅਫੇਅਰਜ਼ ਮਿਨਿਸਟਰੀ ਪਲੱਸ ਫੂਡ ਐਂਡ ਪਬਲਿਕ ਡਿਸਟ੍ਰੀਬਿਊਸ਼ਨ ਮਿਨਿਸਟਰੀ ਇਹ ਜਿਹੜੀ ਦੋ ਮਿਨਿਸਟਰੀਆਂ ਨੇ ਇਹ ਰਾਮ ਵਿਲਾਸ ਪਾਸਵਾਨ ਲਵੇ ਹੁੰਦੀਆਂ ਸੀ ਇਹਨਾਂ ਦੀ ਰੀਸੈਂਟਲੀ ਡੈਥ ਹੋ ਗਈ ਹੈ ਇਸ ਕਰਕੇ ਇਹ ਦੋਨੋਂ ਮਿਨਿਸਟਰੀਆਂ पीयूष गोयल में देखा ने पीयूष गोयल राज्यसभा एम तो। पी ने महाराष्ट्र नैक्सट निन गडकरी की अगर आप गल करते हैं तो यह एम एस एम ई मिनिस्टर ने प्लस एना लगे रोड ट्रांसपोर्ट मिनिस्ट्री है एम एस एम ई मिनिस्टरी रोड ट्रांसपोर्ट मिनिस्टरी एना लगे इस अलावा तो यह जड़े रा नागपुर महाराष्ट्र तो सभा एम पी ने नागपुर महाराष्ट्र तो सभा एम पी ने संतोष कुमार गंगवार लेबर एंड एम्प्लॉयमेंट मिनिस्ट्री इन्ह लवे बरेली उत्तर प्रदेश तो लोग सभा एम पी ने प्रकाश जावेदकर प्रकाश जावेदकर लवे इनवायरमेंट मिनिस्ट्री प्लस एना लवे इनफोरमेन ब्रॉडकास्टिंग मिनिस्ट्री है प्लस हैवी इंडस्ट्रीज मिनिस्ट्री का एडिशनल चार्ज है राज्यसभा एम पी ने महाराष्ट्र तो निर्मला सीतारमन फाइनैंस प्लस कारपोरेट अफेयर मिनिस्टर ने राज्यसभा एम पी ने करनाटका तो नेक्स्ट है, हू हैज़ लॉन्च वर्चुअल फेस्टिवल ऑफ परंपरा सीरीज़ 2020 नेशनल फेस्टिवल ऑफ म्यूजिक एंड डांस परंपरा सीरीज 2020 नेशनल फेस्टिवल ऑफ म्यूजिक एंड डांस इसनों कि द्वारा ऑर्गेनाइज किया गया है नत्या तरंगिनी नत्त्या तरंगिनी द्वारा यूनाइट नेशन के नू एन यूनाइट नेशनस रिसेंटली यूनाइट नेशनस डे ओबजर्व किया गया डिस्कस किया दूसरा यूनाइट नेशन डे वाले दिन वी मुरलीधरन जो कि डिप्यूट एक्सटरनल अफेयर मिनिस्टर डिपुटी फॉरन मिनिस्टर ने इंडिया के इन द्वारा फ्लैगली एग्जीबिशन भी लॉन्च किया गया और हूँ यूनाइट नेशनस न मिलकर लॉन्च की गई परंपरा सीरीज टू थाउजेंड ट्वेंटी कि ਵਾਈਸ ਪ੍ਰੈਜ਼ੀਡੈਂਟ ਇੰਡੀਆ ਦੇ ਵਾਈਸ ਪ੍ਰੈਜ਼ੀਡੈਂਟ ਐਮ ਵੈਂਕੇ ਨਾਇਡੂ ਦੁਆਰਾ ਐਮ ਵੈਂਕੇ ਨਾਇਡੂ ਦੁਆਰਾ ਇਸ ਨੂੰ ਲਾਂਚ ਕੀਤਾ ਗਿਆ ਠੀਕ ਹੈ ਜੀ ਇਸ ਤੋਂ ਇਲਾਵਾ ਐਮ ਵੈਂਕੇ ਨਾਇਡੂ ਦੀ ਹੀ ਗੱਲ ਕਰਦੇ ਹਾਂ ਤਾਂ ਇਹਨਾਂ ਦੇ ਬੁੱਕਸ ਦੀ ਗੱਲ ਕਰਦੇ ਹਾਂ ਸਭ ਤੋਂ ਪਹਿਲੇ ਲਿਸਨਿੰਗ ਲਰਨਿੰਗ ਐਂਡ ਲੀਡਿੰਗ ਲਿਸਨਿੰਗ ਲਰਨਿੰਗ ਐਂਡ ਲੀਡਿੰਗ ਨਾਮ ਦੀ ਬੁੱਕ ਵੀ ਇਹਨਾਂ ਦੁਆਰਾ ਆਰਗੇਨਾਈਜ਼ ਕੀਤੀ ਗਈ ਲਿਖੀ ਗਈ ਸੀ ਦੂਸਰੀ ਇਹਨਾਂ ਨੇ ਰਿਲੀਜ਼ ਕੀਤੀ ਸੀ ਇਹਨਾਂ ਦੀ 3 ਸਾਲ ਦੀ ਟਰਮ ਪੂਰੀ ਹੋਣ ਤੇ ਕਨੈਕਟਿੰਗ ਕਮਿਊਨੀਕੇਟਿੰਗ ਐਂਡ ਚੇਂਜਿੰਗ ਕਨੈਕਟਿੰਗ ਕਮਿਊਨੀਕੇਟਿੰਗ ਐਂਡ ਚੇਂਜਿੰਗ ਇਸ ਬੁੱਕ ਨੂੰ ਵੀ ਇਹਨਾਂ ਦੀ 3 ਸਾਲ ਦੀ ਟਰਮ ਪੂਰੀ ਹੋਣ ਤੇ ਰਿਲੀਜ਼ ਕੀਤਾ ਗਿਆ ਸੀ ਇਸ ਤੋਂ ਇਲਾਵਾ ਬਾਕੀ ਆਪਸ਼ਨਸ ਦੇ ਵਿੱਚ ਪ੍ਰੈਮਿਸਟਰ ਨਰਿੰਦਰ ਮੋਦੀ ਵਾਰਾਨਸੀ ਉੱਤਰ ਪ੍ਰਦੇਸ਼ ਤੋਂ ਲੋਕ ਸਭਾ ਐਮਪੀ ਨੇ ਰਾਜਨਾ ਸਿੰਘ ਇੰਡੀਆ ਦੇ ਪ੍ਰੈਜ਼ੀਡੈਂਟ ਨੇ ਓਮ ਬਿਰਲਾ ਓਮ ਬਿਰਲਾ ਦੀ ਗੱਲ ਕਰਦੇ ਹਾਂ ਲੋਕ ਸਭਾ ਦੇ ਸਪੀਕਰ ਨੇ ਲੋਕ ਸਭਾ ਦੇ ਸਪੀਕਰ ਕੌਣ ਨੇ ਓਮ ਬਿਰਲਾ हरिवंश नारायण सिंह हरिवंश नारायण सिंह राज्यसभा चेयरमैन ने वाइस चेयरमैन कह सकते हैं राज्यसभा वाइस चेयरमैन ने हरिवंश नारायण सिंह राज्यसभा के चेयरमैन कौन होंगे ने वाइस प्रेजिडेंट होंगे ने चेयरमैन ने एम वेंकैया नायडू और वाइस चेयरमैन ने हरिवंश नारायण सिंह ओम बिरला रिलेटेड और प्राइम मिनिस्टर नरेंद्र मोदी रिलेटेड न्यूज़ है और डिस्कस करते हैं सब तो पहले प्राइम मिनिस्टर नरेंद्र मोदी ने की कर चौथा इंडिया एनर्जी फोरम कैरा वीक इस एड्रैस किया इस इनोग्रेसन स्पीच दीती है ठीक है अंडर थीम इंडियाज़ एनर्जी फ्यूचर इन अ वर्ल्ड ऑफ चेंज इंडियाज़ एनर्जी फ्यूचर इन अ वर्ल्ड ऑफ चेंज इस थीम के अंडर फोर्थ इंडिया एनर्जी फोरम ऑर्गेनाइज किया गया नैक्सट है ओम बिरला ओम बिरला की गल करते हैं तो यह सभा स्पीकर ने ਇਨਾ ਦੁਆਰਾ 6ਵੀਂ ਬ੍ਰਿਕਸ ਪਾਰਲੀਮੈਂਟਰੀ ਫੋਰਮ ਬ੍ਰਿਕਸ ਦੀ 6ਵੀਂ ਮੀਟਿੰਗ ਦੇ ਵਿੱਚ ਪਾਰਟਿਸਿਪੇਟ ਕੀਤਾ ਗਿਆ ਅੰਡਰ ਦ ਪ੍ਰੈਜ਼ੈਂਸੀ ਆਫ ਰਸ਼ੀਆ ਰਸ਼ੀਆ ਦੀ ਪ੍ਰੈਜ਼ੈਂਸੀ ਦੇ ਅੰਦਰ ਇਸ ਨੂੰ ਆਰਗੇਨਾਈਜ਼ ਕੀਤਾ ਗਿਆ ਬ੍ਰਿਕਸ ਦੀ 6ਵੀਂ ਪਾਰਲੀਮੈਂਟਰੀ ਮੀਟਿੰਗ ਅਗਰ ਇੰਡੀਆ ਦੀ ਗੱਲ ਕਰਦੇ ਆ ਤਾਂ ਇੰਡੀਆ ਵੱਲੋਂ ਲੋਕ ਸਭਾ ਸਪੀਕਰ ਓਮ ਬਿਰਲਾ ਦੁਆਰਾ ਇਸ ਦੇ ਵਿੱਚ ਪਾਰਟਿਸਿਪੇਟ ਕੀਤਾ ਗਿਆ ਨੈਕਸਟ ਹੈ ਲੂਇਸ ਐਕਰੇ ਸੈਟਾ ਕੋਰਾ ਲੂਇਸ ਐਕਰੇ ਸੈਟਾ ਕੋਰਾ ਇਨਾਂ ਨੂੰ ਪ੍ਰੈਜ਼ੀਡੈਂਟ ਅਪਾਇੰਟ ਕੀਤਾ ਗਿਆ ਕਿਹੜੀ ਕੰਟਰੀ ਦੇ ਵਿੱਚ ਕਿਹੜੀ ਕੰਟਰੀ ਦੇ ਪ੍ਰੈਜ਼ੀਡੈਂਟ ਅਪਾਇੰਟ ਕੀਤੇ ਗਏ ਨੇ ਇਹ ਇਹ ਅਪਾਇੰਟ ਕੀਤੇ ਗਏ ਨੇ ਪ੍ਰੈਜ਼ੀਡੈਂਟ ਬੋਲੀਵੀਆ ਦੇ ਫਿਫਥ ਆਪਸ਼ਨ ਬੋਲੀਵੀਆ ਬੋਲੀਵੀਆ ਕੰਟਰੀ ਦੇ ਨਵੇਂ ਪ੍ਰੈਜ਼ੀਡੈਂਟ ਅਪਾਇੰਟ ਕੀਤੇ ਗਏ ਨੇ ਲੂਇਸ ਐਕਰੇ ਕੈਟਾਕੋਰਾ ਅੱਛਾ ਲੂਇਸ ਐਕਰੇ ਕੈਟਾਕੋਰਾ ਬੋਲੀਵੀਆ ਦੇ ਬੋਲੀਵੀਆ ਕੈਪੀਟਲ ਸੁਕਰੇ ਕਰੰਸੀ ਬੋਲੀਵੀਆਨੋ ਚਲਦੀ ਹੈ ਬੋਲੀਵੀਆ ਕੈਪੀਟਲ ਸੁਕਰੇ ਕਰੰਸੀ ਬੋਲੀਵੀਆਨੋ ਚਲਦੀ ਹੈ ਬਾਕੀ ਆਪਸ਼ਨਸ ਦੇ ਵਿੱਚ ਪੈਰੂ पेरू कैपिटल लीमा करंसी सोल चलती है वेनेजुएला वेनेजुएला कैपिटल कैरेकस करंसी बॉलीवुड चलती है इक्वाडोर इक्वाडोर कैपिटल क्विटो करंसी डॉलर चलती है चिली चिली कैपिटल सैनटियागो करंसी पेसो चलती है ठीक है जी कैपिटल और करंसी आप बार बार रिवाइज़ करते रहने डिफरेंट डिफरेंट कंट्रीज़ दिवली हौली अपना यह सारिया याद हो जाए नैक्सट वट इज़ द रैंक ऑफ इंडिया इन फीफा लेटैस्ट रैंकिंगस फीफा की गल करते हैं फीफा के हेडकुआटर सब तो पहले जोरीच स्विटजरलैंड है याद रखने। इस तु तो इलावा फीफा दल करते हैं तो टू थाउजेंड ट्वेंटी टू का फीफा याद रखने कितने ऑर्गेनाइज़ किया जाएगा कतर दे कतर के दोहाू थाउजेंड ट्वेंटी सिक्स का फीफा वर्ल्ड कप कैनेडा यूएसए और मैक्सीको यानी कि नॉर्थ अमेरिका कॉन्टीनेंट है जो ये ऑर्गनाइज़ करेगा टू थाउजेंड ट्वेंटी सिक्स का फीफा ठीक है इंडिया की रैंकिंग फीफा के वन हंड्रड नाइनथ रही है टॉप किसने कीता बेलजीयम ने, ने। फैक्ट याद रखने ठीक है इंडिया की रैंकिंग फीफा के सौ नौ रही है पहले एक सौ अठ सी ठीक है उस तो पहले एक सौ सत्त हो गई थी एक सौ अठ हुई है उस तो बाद फिर एक सौ सत्त हुई हूँ इंडिया की रैंकिंग एक सौ नौ है फीफा के टॉप किया गया एज यूजल बेल्जियम द्वारा पहले भी बेल्जियम टॉपते थ हूँ भी Belgium ही बेल्जियम कैपिटल ब्रूजल्स है बेल्जियम कैपिटल ब्रूजल्स है करंसी इतरो चलती है नेक्स्ट है अकॉर्डिंग टू एक्शन प्लान फॉर वल्चर कंजरवेशन काफ़ी इंपोर्टेंट क्वेश्चन है वल्चर कंजरवेशन दे एक्शन प्लान बनाया गया टू थाउजेंड ट्वेंटी ट्वेंटी फाइव जिसके अंडर वल्चर कंजरवेशन और ब्रीडिंग सेंटर बनाया जाएगा इंडिया के वल्चर कंजरवेशन और ब्रीडिंग सेंटर कितने बनाया जाएगा यह बनाया जाएगा फिफ्थ ऑप्शन ऑल ऑफ दीज स्टेट्स की गई ने डिसाइड यूपी तमिलनाडु महाराष्ट्र कर्नाटका प्लस त्रिपुरा पांच स्टेट्स डिसाइड की गई ने जिस दे वल्चर कंजरवे और ब्रीडिंग सेंटर लगाए जाएंगे ठीक है यूपी के पहले ही आप डिस्कस कर चुके बनाया जा रहा है यूपी के महाराजगंज के यूपी ਦੇ ਮਹਾਰਾਜ ਗੰਦੇ ਦੇ ਵਿੱਚ ਬਣਾਇਆ ਜਾ ਰਿਹਾ ਵਲਚਰ ਕਨ ਸਰਵੇਸ਼ਨ ਸੈਂਟਰ ਔਰ ਬਾਕੀ ਸਟੇਟ ਦੇ ਵਿੱਚ ਬਣਾਏ ਜਾਣਗੇ ਤਾਮਿਲਨਾਡੂ ਮਹਾਰਾਸ਼ਟਰ ਕਰਨਾਟਕਾ ਔਰ ਤ੍ਰਿਪੁਰਾ ਠੀਕ ਹੈ ਇਹਨੂੰ ਨੋਟ ਕਰ ਲਿਓ ਇਸ ਤੋਂ ਇਲਾਵਾ ਜਿਹੜੀ ਇਹ ਡਿਸੀਜਨ ਲਿੱਤਾ ਗਿਆ ਇਹ ਨੈਸ਼ਨਲ ਬੋਰਡ ਆਫ ਵਾਈਲਡ ਲਾਈਫ ਦੁਆਰਾ ਲਿੱਤਾ ਗਿਆ ਹੈ ਕਿਉਂਕਿ ਜੋ ਕਿ ਵਲਚਰ ਹੈ ਵਲਚਰਸ ਨੇ ਜਿਹੜੇ ਉਹ ਆਈਯੂਸੀਨ ਦੀ ਆਈਯੂਸੀਨ ਦੀ ਕਿਹੜੀ ਲਿਸਟ ਦੇ ਵਿੱਚ ਆਉਂਦੇ ਨੇ ਕ੍ਰਿਟੀਕਲੀ ਐਂਡੇਂਜਰਡ ਲਿਸਟ ਦੇ ਵਿੱਚ ਵਲਚਰਸ आई यू सी एन की लिस्ट के क्रिटिकली एंडेंजर लिस्ट आते हैं इस करके डिशीजन लिता गया है कि टू थाउजेंड ट्वेंटी फाइव तक इन्ह स्टेट केलचर कंजरवेशन और ब्रीडिंग सेंटर बनाए जाने इस तुम तो अलावा यूपी के रिलटड एक न्यूज़ है और करते हैं यूपी ने एक यूनीक स्कीम शुरू की है भोग योजना भोग भोग की फुलफॉर्म है ब्लिसफुल हाइजेनिक ऑफरिंग टू गोड blissful hygienic offering to god yani ki jehda apa prasad wagaira leke jande hai kise mandir de vich onna nu kis de under le a jayega fssai de ki onna nu fssai dwara approval leni zaruri hovegi theek hai jinni vi jehdi shops wagaira hundiyan ne jitho prasad wagaira litta janda hai ta usnu fssai de under le a jayega taki usnu hygienic banaya ja sake saaf banaya ja sake फूड सेफ्टी एंड स्टैंडर्ड अथॉरिटी ऑफ इंडिया एफ एस एस सी आई द फुलफम है फूड सेफ्टी एंड स्टैंडर्ड अथॉरिटी ऑफ इंडिया टू थाउजेंड सिक्स के बनाई गई सी याद रखना नैक्सट कबरतल वैटलैंड कबरतल वैटलैंड है जोड़ा एक कि स्टेटेट है काफ़ी इंपोर्टेंट है ये कितने लोकेटड है बिहार के रिसेंटली आप डकस किया रामसर कन्वेंशन रामसर कन्वेंशन साइट सगिया जीडी आपकस डिस्कस कितियां सी पहले थर्टी सैवन सगिया ठीक है थर्टी सैवन आप डिस्कस की जनवरी के जो छत्तीस दस एड किटी सैवन तो थर्टी सैवन हो तो बाद एक अपना होर डिस्कस की थर्टी एट कितिया आसान आसान कन्वैनशन ਆਸਾਨ ਕਨਵੈਨਸ਼ਨ ਜੋ ਕਿ ਉੱਤਰਾਖੰਡ ਦੀ ਪਹਿਲੀ ਰਾਮਸਰ ਕਨਵੈਨਸ਼ਨ ਸਾਈਟ ਸੀ ਇਹ ਐਡ ਹੋਈ 38 ਹੋ ਗਈਆਂ ਠੀਕ ਹੈ ਹੁਣ 39th ਐਡ ਕੀਤੀ ਗਈ ਹੈ ਬਿਹਾਰ ਦੇ ਵਿੱਚੋਂ ਕਬਰਤਲ ਵੈਟਲੈਂਡ ਕਬਰਤਲ ਵੈਟਲੈਂਡ ਕਬਰਤਲ ਵੈਟਲੈਂਡ ਜੋ ਕਿ ਬਿਹਾਰ ਦੇ ਵਿੱਚ ਹੈ ਜਿਸ ਨੂੰ ਕੀ ਕਨਵਰ ਝੀਲ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਕਨਵਰ ਝੀਲ ਤੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇਸ ਨੂੰ ਐਡ ਕਰਕੇ ਟੋਟਲ ਰਾਮਸਰ ਸਾਈਟਸ ਇੰਡੀਆ ਦੇ ਵਿੱਚ ਕਿੰਨੀਆਂ ਹੋ ਗਈਆਂ ਨੇ 39 ਕਾਫੀ ਇੰਪੋਰਟੈਂਟ ਰਹੇਗਾ ਕਵੈਸਚਨ ਇਸੇ ਤਰੀਕੇ ਨਾਲ ਪੁੱਛਿਆ ਜਾ ਸਕਦਾ ਹੈ ਕਿ ਹਾਊ ਮੈਨੀ ਰਾਮਸਰ ਸਾਈਟਸ ਆਰ देयर ਇਨ ਇੰਡੀਆ 39 ਹੋ ਜਾਣਗੀਆਂ ਲਾਸਟ ਜਿਹੜੀ ਕਿਹੜੀ ਐਡ ਕੀਤੀ ਗਈ ਹੈ ਬਿਹਾਰ ਦੀ ਕਬਰਤਲ ਵੈਟਲੈਂਡ ਔਰ ਉਸ ਤੋਂ ਪਹਿਲੇ ਆਸਾਨ ਕਨਜ਼ਰਵੇਸ਼ਨ ਰਿਜ਼ਰਵ ਉਤਰਾਖੰਡ ਕਵੈਸਚਨ ਪੁੱਛਿਆ ਜਾ ਸਕਦਾ ਹੈ ਪੰਜਾਬ ਦੇ ਵਿੱਚ ਕਿੰਨੀਆਂ ਨੇ ਪੰਜਾਬ ਦੀ 6 ਰਾਮਸਰ ਸਾਈਟਸ ਨੇ ਤਿੰਨ ਪਹਿਲੇ ਸੀਗੀਆਂ ਔਰ ਤਿੰਨ ਜਨਵਰੀ 2020 ਦੇ ਵਿੱਚ ਐਡ ਕੀਤੀਆਂ ਗਈਆਂ ਨੇ ਇਹ ਵੀ ਯਾਦ ਰੱਖਣੀ ਹੈ ਠੀਕ ਹੈ ਜੀ ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰੀਏ ਅ ਬਾਕੀ ਆਪਸ਼ਨਸ ਦੀ ਤਾਂ ਬਾਕੀ ਆਪਸ਼ਨਸ ਦੇ ਵਿੱਚ ਹਰਿਆਣਾ ਦੇ ਹਰਿਆਣਾ ਦੀ ਗੱਲ ਕਰਦੇ ਆ ਤਾਂ ਹਰਿਆਣਾ ਦੇ ਵਿੱਚ ਸੂਰਜਕੁਣ ਮੇਲਾ ਆਪਾਂ ਡਿਸਕਸ ਕੀਤਾ ਹੋਇਆ ਹੈ ਮੁੱਖ ਮੰਤਰੀ ਪਰਿਵਾਰ ਸਮਰiddhi ਯੋਜਨਾ ਹਰਿਆਣਾ ਦੀ ਹੈ ਇਹ ਵੀ ਆ ਰੱਖਣੀ ਹੈ ਗੁਜਰਾਤ ਦੀ ਵਹਿਲੀ ਡਿਗਰੀ ਯੋਜਨਾ ਵਹਿਲੀ ਡਿਗਰੀ ਯੋਜਨਾ ਗੁਜਰਾਤ ਦੀ ਹੈ ਵੈਸਟ ਬੰਗਾਲ ਬੰਗਾਸ਼ਰੀ ਬੰਗਾਸ਼ਰੀ ਸਕੀਮ ਸ਼ਾ ਸੁੰਦਰੀ ਸਕੀਮ ਮਾਤੀਰ ਪੁਸ਼ਟੀ ਸਕੀਮ ਸਾਰੀਆਂ ਵੈਸਟ ਬੰਗਾਲ ਦੀਆਂ ਹਨ ਨੈਕਸਟ ਹੈ ਅ ਯੂਨਿਕ ਇਨੀਸ਼ੀਏਟਿਵ ਪਲਾਸਟਿਕ ਪ੍ਰੀਮੀਅਰ ਲੀਗ ਇਹ ਕਾਫੀ ਇੰਟਰਸਟਿੰਗ ਕੁਐਸਚਨ ਹੈ ਇੰਪੋਰਟੈਂਟ ਕੁਐਸਚਨ ਹੈ ਜਿਸ ਤਰੀਕੇ ਨਾਲ ਆਈਪੀਐਲ ਕੰਡਕਟ ਕੀਤਾ ਜਾਂਦਾ ਹੈ ਆਈਪੀਐਲ ਕ੍ਰਿਕਟ ਦੇ ਨਾਲ ਕਿਨਾਂ ਕੀਤਾ ਜਾਂਦਾ ਹੈ ਤਾਂ ਪਲਾਸਟਿਕ ਪ੍ਰੀਮੀਅਰ ਲੀਗ ਆਰਗੇਨਾਈਜ਼ ਕੀਤੀ ਜਾ ਰਹੀ ਹੈ ਪਲਾਸਟਿਕ ਪ੍ਰੀਮੀਅਰ ਲੀਗ ਕਿਸ ਤਰੀਕੇ ਨਾਲ ਹੈ ਕਿ ਪੂਰੀ ਸਿਟੀ ਦੇ ਵਿੱਚ ਜਿੱਥੇ ਵੀ ਪਲਾਸਟਿਕ ਵਗੈਰਾ ਹੈ ਤਾਂ ਜਿੰਨੇ ਵੀ ਵੋਲੰਟੀਅਰਸ ਜਿਹੜੇ ਕਿ ਇਸ ਦੇ ਵਿੱਚ ਐਡ ਕੀਤੇ ਜਾਣਗੇ ਉਹ ਪਾਰਟਿਸਿਪੇਟ ਕਰਨਗੇ ਜਿੰਨਾ ਸਭ ਤੋਂ ਜ਼ਿਆਦਾ ਪਲਾਸਟਿਕ ਜਿਹੜਾ ਪਰਸਨ ਰਿਕਵਰ ਕਰਕੇ ਲੈ ਕੇ ਆਏਗਾ ਉਸ ਪਰਸਨ ਨੂੰ ਐਂਡ ਤੇ ਅਵਾਰਡ ਦਿੱਤਾ ਜਾਏਗਾ ਪਲਾਸਟਿਕ ਪ੍ਰੀਮੀਅਰ ਲੀਗ ਇਸ ਤਰੀਕੇ ਨਾਲ ਆਰਗੇਨਾਈਜ਼ ਕੀਤੀ ਜਾ ਰਹੀ ਹੈ ਟੂ ਮੇਕ ਸਿਟੀ ਫ੍ਰੀ ਫ੍ਰੋਮ ਸਿੰਗਲ ਯੂਜ਼ ਪਲਾਸਟਿਕ ਕਿਹੜੀ ਸਿਟੀ ਦੁਆਰਾ ਆਰਗੇਨਾਈਜ਼ ਕੀਤਾ ਗਿਆ ਹੈ ਇੰਦੋਰ ਦੁਆਰਾ ਇੰਦੋਰ ਕਿੱਥੇ ਹੈ ਐਮਪੀ ਦੇ ਵਿੱਚ ਹੈ ਇਹ ਉਹੀ ਸਿਟੀ ਹੈ ਜਿਹੜੀ ਸਵੱਛ ਸੁਰੱਖਣ ਸਰਵੇ ਦੇ ਵਿੱਚ ਸਵੱਛ ਸੁਰੱਖਣ ਸਰਵੇ ਦੇ ਵਿੱਚ ਚਾਰ ਵਾਰ ਚਾਰ ਵਾਰ ਲਗਾਤਾਰ ਚੌਥੇ ਸਾਲ ਇਹ ਟੌਪ ਕਰ ਰਹੀ ਹੈ ਠੀਕ ਹੈ ਯਾਨੀ ਕਿ ਇੰਡੀਆ ਦੀ ਕਲੀਨੈਸਟ ਸਿਟੀ ਹੈ ਠੀਕ ਹੈ ਜੀ ਸੋਚ ਇਸ ਸਰਵੇ ਕਿਨਾਂ ਦੁਆਰਾ ਜਾਰੀ ਕੀਤਾ ਜਾਂਦਾ ਹੈ ਹਰਦੀਪ ਸਿੰਘ ਪੁਰੀ ਦੁਆਰਾ ਯਾਨੀ ਕਿ ਹਾਊਸਿੰਗ ਐਂਡ ਅਰਬਨ ਅਫੇਅਰਜ਼ ਮਿਨਿਸਟਰੀ ਦੁਆਰਾ ਰਾਜ ਸਭਾ ਐਮਪੀ ਨੇ ਉੱਤਰ ਪ੍ਰਦੇਸ਼ ਤੋਂ ਇਸ ਤੋਂ ਇਲਾਵਾ ਬਾਕੀ অপਸ਼ਨਸ ਦੇ ਵਿੱਚ ਅਗਰ ਆਪਾਂ ਗੱਲ ਕਰਦੇ ਹਾਂ ਤਾਂ ਅਹਮਦਾਬਾਦ ਅਹਮਦਾਬਾਦ ਦੇ ਵਿੱਚ ਇੰਟਰਨੈਸ਼ਨਲ ਕਾਈਟ ਫੈਸਟੀਵਲ ਆਰਗੇਨਾਈਜ਼ ਕੀਤਾ ਗਿਆ ਕੋਚੀ ਅਹਮਦਾਬਾਦ ਗੁਜਰਾਤ ਦੇ ਵਿੱਚ ਹੈ ਕੋਚੀ ਕੇਰਲਾ ਦੇ ਵਿੱਚ ਹੈ ਇਸ ਦੇ ਰਿਲੇਟਡ ਇੱਕ ਨਿਊਜ਼ ਹੈ ਡਿਸਕਸ ਕਰਾਂਗੇ ਸਬਰੂਮ ਸਬਰੂਮ ਤ੍ਰਿਪੁਰਾ ਦੇ ਵਿੱਚ ਹੈ ਇਸ ਦੇ ਰਿਲੇਟਡ ਨਿਊਜ਼ ਹੈ ਡਿਸਕਸ ਕਰਾਂਗੇ ਗੁਹਾਟੀ ਗੁਹਾਟੀ ਅਸਮ ਦੇ ਵਿੱਚ ਹੈ ਅਸਮ ਦੇ ਵਿੱਚ ਅਸਮ ਦੇ ਗੁਹਾਟੀ ਦੇ ਵਿੱਚ ਫਲਡ ਵਾਰਨਿੰਗ ਸਿਸਟਮ ਪ੍ਰੋਵਾਈਡ ਕੀਤਾ ਗਿਆ ਤੀਸਰੀ ਸਿਟੀ ਬਣੀ ਅਸਮ ਅਸਮ ਦੇ ਗੁਹਾਟੀ ਦੇ ਵਿੱਚ ਹੀ ਤੀਸਰੀ ਸਿਟੀ ਬਣੀ ਜਿਸ ਨੂੰ ਮੈਨਹੋਲ ਕਲੀਨਿੰਗ ਰੋਬੋਟ ਮੈਨਹੋਲ ਕਲੀਨਿੰਗ ਰੋਬੋਟ ਦਾ ਯੂਜ਼ ਕੀਤਾ ਗਿਆ ਜਿਸ ਦਾ ਨਾਮ ਰੱਖਿਆ ਗਿਆ ਸੀ ਬੰਦੀ ਕੂਟ ਬੰਦੀ ਕੂਟ ਅਸਮ ਦੇ ਗੁਹਾਟੀ ਦੇ ਵਿੱਚ 1.8 ਕਿਲੋਮੀਟਰ ਦਾ 1.8 ਕਿਲੋਮੀਟਰ ਰੋਪਵੇ ਲਗਾਇਆ ਗਿਆ ਔਰ ਗੁਜਰਾਤ ਦੇ ਵਿੱਚ ਕਿੰਨੇ ਦਾ ਲਗਾਇਆ ਗਿਆ 2.3 ਕਿਲੋਮੀਟਰ ਦਾ ਯਾਨੀ ਕਿ ਸਭ ਤੋਂ ਵੱਡਾ ਏਸ਼ੀਆ ਦਾ ਲਾਰਜੈਸਟ ਰੋਪਵੇ ਕਿੱਥੇ ਲਗਾਇਆ ਗਿਆ ਅਹਮਦਾਬਾਦ ਦੇ ਵਿੱਚ ਇਸ ਤੋਂ ਇਲਾਵਾ ਅਗਰ ਅਪਾ ਗੱਲ ਕਰੀਏ ਨਿਊਜ਼ ਦੀ ਸਭ ਤੋਂ ਪਹਿਲੇ ਨਿਊਜ਼ ਡਿਸਕਸ ਕਰਦੇ ਆ ਕੋਚੀ ਦੇ ਵਿੱਚ ਕੋਚੀ ਦੇ ਵਿੱਚ ਆਰਗੇਨਾਈਜ਼ ਕੀਤਾ ਜਾਣਾ ਸੀ 5th ਐਡੀਸ਼ਨ ਆਫ ਕੋਚੀ ਮੂਜ਼ੀਰਿਸ ਬੈਨਿਅਲ ਬੀਸਿਕਲੀ ਇਜ਼ਾ ਕੀ ਮਤਲਬ ਹੈ ਕਿ ਕੋਚੀ ਜਿਹੜੇ ਕੇਰਲਾ ਹੈ ਕੇਰਲੇ ਨੂੰ ਕੇਰਲਾ ਨੂੰ ਵੈਸੇ ਸਪਾਈਸ ਗਾਰਡਨ ਕਿਹਾ ਜਾਂਦਾ ਹੈ ਇੰਡੀਆ ਦਾ ਤਾਂ ਉਸ ਟਾਈਮ ਦੇ ਵਿੱਚ ਅਗਰ ਪੁਰਾਣੇ ਟਾਈਮ ਦੀ ਗੱਲ ਕਰੀਏ ਤਾਂ ਮੁਜ਼ੀਰੀਸ ਇੱਕ ਪੋਰਟ ਸੀਗਾ ਕੇਰਲਾ ਦੇ ਵਿੱਚ ਜਿੱਥੋਂ ਕੇਰਲਾ ਦਾ ਸਪਾਈਸ ਟ੍ਰੇਡ ਚਲਾਇਆ ਜਾਂਦਾ ਸੀ ਜਿੰਨੀ ਵੀ ਕੰਟਰੀਜ਼ ਦੇ ਨਾਲ ਸਪਾਈਸ ਟ੍ਰੇਡ ਲਾਇਆ ਜਾਂਦਾ ਸੀ ਉਹ ਇੱਥੋਂ ਚਲਾਇਆ ਜਾਂਦਾ ਸੀ ਠੀਕ ਹੈ ਇਸ ਕਰਕੇ ਇਸ ਨੂੰ ਆਰਗੇਨਾਈਜ਼ ਕੀਤਾ ਜਾਂਦਾ ਹੈ ਇੱਕ ਫੈਸਟੀਵਲ ਆਰਗੇਨਾਈਜ਼ ਕੀਤਾ ਜਾਂਦਾ ਹੈ ਇੱਥੇ ਕੋਚੀ ਮੁਜ਼ੀਰੀਸ ਬਾਇਨਿਅਲ ਯਾਨੀ ਕਿ 2 ਸਾਲ ਦੇ ਵਿੱਚ ਇੱਕ ਵਾਰ ਇਸ ਨੂੰ ਆਰਗੇਨਾਈਜ਼ ਕੀਤਾ ਜਾਂਦਾ ਹੈ ਇਹ ਪੋਸਟਪੋਨ ਕਰ ਦਿੱਤਾ ਗਿਆ ਨੈਕਸਟ ਇਅਰ ਦੇ ਲਈ ਇਸ ਸਾਲ ਕੰਡਕਟ ਕੀਤਾ ਜਾਣਾ ਸੀ ਦਸੰਬਰ ਦੇ ਵਿੱਚ ਕੋਵਿਡ-19 ਦੇ ਕਾਰਨ ਇਸ ਨੂੰ ਨੈਕਸਟ ਇਅਰ 1 ਨਵੰਬਰ 2021 ਦੇ ਲਈ ਪੋਸਟਪੋਨ ਕੀਤਾ ਗਿਆ ਆਰਗੇਨਾਈਜ਼ ਕੀਤਾ ਜਾਏਗਾ ਕੋਚੀ ਕੇਰਲਾ ਦੇ ਵਿੱਚ ਇਸ ਤੋਂ ਇਲਾਵਾ ਕੇਰਲਾ ਰਿਲੇਟਡ ਇੱਕ ਹੋਰ ਇੰਪੋਰਟੈਂਟ ਨਿਊ ਸੀ ਕਿ ਕੇਰਲਾ ਪਹਿਲੀ ਅਸੀ ਸਟੇਟ ਬਣੀ ਹੈ ਇੰਡੀਆ ਦੇ ਵਿੱਚ ਜਿਸ ਨੇ ਫਲੋਰ ਪ੍ਰਾਈਸ ਫਿਕਸ ਕੀਤਾ ਹੈ ਵੈਜੀਟੇਬਲਸ ਵੈਜੀਟੇਬਲਸ ਦੇ ਪ੍ਰਾਈਸਿਸ ਨੂੰ ਫਿਕਸ ਕੀਤਾ ਹੈ ਯਾਨੀ ਕਿ ਪੂਰੀ ਸਟੇਟ ਦੇ ਵਿੱਚ ਜਿੱਥੇ ਵੀ ਵੈਜੀਟੇਬਲ ਮਿਲੇਗੀ ਤਾਂ ਉਹ ਇੱਕ ਸਿੰਗਲ ਅਮਾਊਂਟ ਦੇ ਉੱਤੇ ਹੀ ਮਿਲੀ ਜਾਏਗੀ ਠੀਕ ਹੈ ਜੀ ਨੈਕਸਟ ਹੈ ਸਬਰੂਮ ਇਸ ਦੇ ਨਾਲ ਕੀ ਕੀਤਾ ਜਾਏਗਾ ਫਾਰਮਰ ਦੀ ਜਿਹੜੀ ਇਨਕਮ ਹੈ ਉਸ ਨੂੰ ਡਬਲ ਕਰਨ ਦੇ ਲਈ ਇਸ ਨੂੰ ਕੀਤਾ ਗਿਆ ਸਬਰੂਮ ਨੀਤਿੰਗੜਕਰੀ ਆਪਾਂ ਡਿਸਕਸ ਕੀਤਾ ਸੀ ਸੈਸ਼ਨ ਦੇ ਸ਼ੁਰੂ ਦੇ ਵਿੱਚ ਕਿ ਤ੍ਰਿਪੁਰਾ ਦੇ ਵਿੱਚ ਡਿਫਰੈਂਟ ਡਿਫੈਂਡ ਜਿਹੜੇ ਹਾਈਵੇ ਪ੍ਰੋਜੈਕਟਸ ਸੀਗੇ ਲਾਂਚ ਕੀਤੇ ਗਏ ਫਾਊਂਡੇਸ਼ਨ ਸਟੋਨ ਰੱਖਿਆ ਗਿਆ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਏਵਲਾ ਸਬਰੂਮ ਸਬਰੂਮ ਦੇ ਵਿੱਚ ਜਿਹੜੇ ਨੀਤੀਨ ਗੜਕਰੀ ਨੇ ਇਹਨਾਂ ਨੇ ਫਾਊਂਡੇਸ਼ਨ ਸਟੋਨ ਰੱਖਿਆ ਹੈ 1.8 ਕਿਲੋਮੀਟਰ ਫੈਨੀ ਬ੍ਰਿਜ ਕੁਸ਼ਨ ਫੈਨੀ ਬ੍ਰਿਜ ਤੋਂ ਵੀ ਪੁੱਛਿਆ ਜਾ ਸਕਦਾ ਹੈ ਫੈਨੀ ਬ੍ਰਿਜ ਕਿਹੜੀ ਸਟੇਟ ਦੇ ਵਿੱਚ ਹੈ ਜਾਂ ਕਿਹੜੀ ਸਟੇਟ ਨੂੰ ਕਿਹੜੀ ਕੰਟਰੀ ਦੇ ਨਾਲ ਕਨੈਕਟ ਕਰ ਰਿਹਾ ਹੈ ਤ੍ਰਿਪੁਰਾ ਨੂੰ ਬੰਗਲਾਦੇਸ਼ ਦੇ ਨਾਲ ਕਨੈਕਟ ਕਰ ਰਿਹਾ ਹੈ ਸਬਰੂਮ ਤ੍ਰਿਪੁਰਾ ਨੂੰ ਰਾਮਗੜ ਬੰਗਲਾਦੇਸ਼ ਦੇ ਨਾਲ ਜਿਸ ਨੂੰ ਅਨਾਉਂਸ ਕੀਤਾ ਗਿਆ ਕਿ ਦਸੰਬਰ 2020 ਦੇ ਵਿੱਚ ਹੀ ਸਨੂ ਬਣਾ ਦਿੱਤਾ ਜਾਏਗਾ ਠੀਕ ਹੈ ਫਾਊਂਡੇਸ਼ਨ ਸਟੋਨ ਰੱਖਿਆ ਗਿਆ ਹੈ ਔਰ 2 ਮਹੀਨਿਆਂ ਦੇ ਵਿੱਚ ਇਸ ਨੂੰ ਬਣਾ ਕੇ ਕੰਪਲੀਟ ਕਰ ਦਿੱਤਾ ਜਾਏਗਾ 1.8 ਕਿਲੋਮੀਟਰ ਲੰਬਾ ਫੈਨੀ ਬ੍ਰਿਜ ਸਬਰੂਮ ਤ੍ਰਿਪੁਰਾ ਨੂੰ ਰਾਮਗੜ ਬੰਗਲਾਦੇਸ਼ ਦੇ ਨਾਲ ਅੱਜ ਦੇ ਲਈ ਬਸ ਇਨਾ ਹੀ ਆਈ ਹੋਪ ਤੁਹਾਨੂੰ ਸੈਸ਼ਨ ਪਸੰਦ ਆਇਆ ਹੋਵੇਗਾ ਸੈਸ਼ਨ ਨੂੰ ਲਾਈਕ ਔਰ ਸ਼ੇਅਰ ਜਰੂਰ ਕਰਦੇ ਰਹੋ ਕਾਈਂਡਲੀ ਆਪਣੇ ਫਰੈਂਡਸ ਦੇ ਨਾਲ ਥੈਂਕ ਯੂ ਫॉर ਵਾਚਿੰਗ ਦ ਸੈਸ਼ਨ ਗੁੱਡਬਾਈ